Punya cor kabru. ਭੋਲੇ ਗੁੱਜਰ ਦਾ ਛਿੰਦਾ ਖੇਡ ਮੈਦਾਨ ਦੇ ਅੰਦਰ ਕੇ ਵੇਖਿਆ ਜ਼ਰਾ ਗੌਰ ਨਾ ਭੋਲਾ ਸਨੀ ਚੱਲਿਆ ਕਬੱਡੀ ਪਾਣ ਬੜੇ ਡਰ ਆਉ ਲੱਗਾ ਸਦਕੇ ਸਾਮਾ ਜੜ ਲਗਾ ਖੀਲੇ ਜੜ ਦਾ ਛਿੰਦਾ ਲੱਗਾ ਹੋਇਆ ਕੇ ਖੇਡ ਕੇ ਕਬੱਡੀ ਜਾਗ ਤੋਂ ਹੈ ਵਾਹ ਵਾਹ ਖੱਟਦਾ ਪਾਂਦਾ ਦਹਿਸ਼ਤ ਮੈਦਾਨਾਂ ਵਿੱਚ ਚੱਲਦਾ ਹੈ। कबड्डी जैसे तमाम पंजाबी खेलों को पूरी दुनिया में प्रमोट करने के लिए हमारा साथ दें और YouTube पर मौजूद हमारे चैनल पंजाबी शौक को सब्सक्राइब करें। हर मैच की बरवक्त इत्तला के लिए साथ लगे घंटी के बटन को लाजमी दबाएं। ਇਧਰੋਂ ਕਬੱਡੀ ਪਾੜ ਵਾਸਤੇ ਆਏ ਮੁਹੰਮਦ ਗਫਾਰ ਮੋਰੇ ਕਾਸ਼ੀ ਗੁੱਜਰ ਔਰ ਸਦਕੇ ਆਏ ਹਾਏ ਇੱਕ ਦੋ ਤਿੰਨ ਚਾਰ ਲੱਗ ਗਏ ਪੁਆਇੰਟ ਗਫਾਰ ਦੇ ਖਾਤੇ ਜੁੜਿਆ ਬੁਰਹਾਨ ਮੇਰੇ ਮੌਲਾ ਸਾਨੂੰ ਦਿੱਤੀਆਂ ਨੇ ਸ਼ਾਨਾ ਪੁਆਇੰਟ ਉਮਰ ਗੁੱਲ ਗੁੱਜਰ ਦੇ ਖਾਤੇ ਇਧਰੋਂ ਕਬੱਡੀ ਪਾਉਣ ਵਾਸਤੇ ਆਏ ਰਾਣਾ ਸਨੀ ਖੇਡ ਮੈਦਾਨ ਦੇ ਅੰਦਰ ਮੋਹਰੇ ਇਸ ਸਮੇਂ ਗੁੰਗਾ ਸਾਹਦ ਪਾਲਾ ਨਾਲ ਹੈ ਮੇਰੇ ਵੀਰੇ ਇਸ ਸਮੇਂ ਉਹ ਲੱਗਾ ਹੈ ਮੇਰੇ ਵੀਰੇ ਬੱਬਰ ਸ਼ੇਰ ਜਾਪੀ ਲੱਗਾ ਹੋਇਆ ਬੱਲੇ 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 ਗੁੰਗਾ ਲੱਗਾ ਹੋਇਆ ਲਓ ਜੀ ਇਧਰੋਂ ਲੱਗਾ ਹੈ ਗੁੰਗੇ ਦਾ ਜੱਪਾ ਜੜ ਸਰਕਾਰ ਗਰੁੱਪ ਕਬੱਡੀ ਦੇ ਸਮੇਂ ਰੇਟਾਂ ਦੀ ਕਬੱਡੀ ਦਾ ਸਟਾਰ ਮੇਰੇ ਵੀਰੋ ਖੇਡ ਮੈਦਾਨ ਦੇ ਸਫਿਆਨ ਜੱਟ ਔਰ ਲੱਗਾ ਕਾਸ਼ੀ ਗੁੱਜਰ ਇੱਕ ਬੰਦੇ ਜੱਟ ਤੇ ਇੱਕ ਬੰਦੇ ਗੁੱਜਰ ਬੱਲੇ 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 ਸਦਕਾ ਘਟਾ ਪੁਆਇੰਟ ਦਾ ਵਾਅਦਾ ਕਰਦਾ ਆਪਣੇ ਵੀਰ ਪੂਰੀ ਖੇਡ ਮੈਦਾਨ ਦੇ ਅੰਦਰ ਨਿੱਕੀ ਉਮਰ ਚੜ੍ਹਦੀ ਕਲਾ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਕਾਰ ਤੇ ਗੋਰਿਆਂ ਨੂੰ ਪਰਾ ਕਰੋ ਮੋਰੇ ਸਾਹਿਬ ਉਹ ਲੱਗਾ ਸਾਮਾ ਜੱਟ ਬੱਲੇ ਬੱਲੇ ਸਦਕੇ ਅਸਾਮਾ ਰੇਡਰ ਨੂੰ ਐਵੇਂ ਕਰਦਾ ਜਿਵੇਂ ਗੰਢਾਂ ਦੀਆਂ ਰੱਸੇ ਨੂੰ ਖਰੀਆਂ ਖਰੀਆਂ ਰੇਡਾਂ ਰੋਕਦਾ ਜਿਵੇਂ ਖੰਗ ਰੋਕ ਸਾਮਾ ਜੱਟ ਜੱਗ ਜਾਣਦਾ ਹੈ ਜੱਟ ਦੇ ਕੱਸਿਆਂ ਛਕੰਜਿਆਂ ਨੂੰ ਇਧਰੋਂ ਗਫਾਰ ਦੀ ਪਈ ਹੋਈ ਕਬੱਡੀ ਦੇ ਉੱਤੇ ਉਹ ਸਦਕੇ ਬੂਰੀ ਦਾ ਵੀਰ ਲੱਗਾ ਇਸ ਸਮੇਂ ਖੁੱਚ ਫੜ ਲਈਆਂ ਭੋਲੇ ਗੁੱਜਰ ਦਾ ਸਾਧ ਗੁੰਗੇ ਦਾ ਸ਼ਿਮਲਾ ਚਾ ਕਰਦਾ ਹੋਇਆ ਬੱਲੇ 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 ਇੱਕ ਬੰਨੇ ਸੇਰ ਇੱਕ ਬੰਨੇ ਸਵਾ ਸੇਰ ਇਸ ਪੁਆਇੰਟ ਵਾਸਤੇ ਆਪਾਂ ਤਾੜੀ ਜ਼ਰੂਰ ਮਾਰਾਂਗੇ ਬੱਲੇ 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 ਬੱਬਰ ਸ਼ੇਰਾ ਪੁਆਇੰਟ ਇਸ ਸਮੇਂ ਰੇਡਰ ਦੇ ਬਹਿ ਗਈ ਕਬੱਡੀ ਦੇ ਉੱਤੇ ਇਸ ਸਮੇਂ ਉਹ ਲੱਗਾ ਸਾਮਾ ਜੱਟ ਇੱਕ ਬੰਨੇ ਕਾਲਾ ਤੇ ਇੱਕ ਬੰਨੇ ਚਿੱਟਾ ਰੰਗ ਬਲੈਕ ਐਂਡ ਵਾਈਟ ਦੀ ਟੱਕਰ ਆ ਮੇਰੇ ਵੀਰੋ ਇੱਕ ਵਾਰੀ ਤਾੜੀ ਮਾਰ ਦਿਓ ਸਾਮਾ ਜੱਟ ਵਾਸਤੇ ਤਾੜੀ ਬੱਲੇ ਬੱਲੇ ਕਰਾਂਦਾ ਹੈ ਖੇਡ ਮੈਦਾਨ ਦੇ ਅੰਦਰ ਕਿ ਜਿੱਥੇ ਦੀਲਾ ਦੀਲਾ ਹਰਿਆ ਹੁੰਦਾ ਏ ਉੱਥੇ ਸੌਣ ਦਾ ਬੱਦਲ ਵਰਿਆ ਹੁੰਦਾ ਏ ਧੁੰਮ ਦੇ ਖਾਤੇ ਜੋੜਦਾ ਹੈ ਭਾਈਓ ਇੱਕ ਵਾਰੀ ਦੇ ਉਮਰ ਗੁੱਲ ਗੁੱਜਰ ਜੱਟ ਸਰਕਾਰ ਗਰੁੱਪ ਵੱਲੋਂ ਹਰ ਰੇਂਜ ਦੇ ਮੇਰੇ ਵੀਰੋ ਉਮਰ ਗੁੱਲ ਦੀ ਤੇ ਮਾਇਆ ਦੇ ਗੱਠੇ ਦਿੱਤੇ ਜਾਵੇ ਮੇਰੇ ਵੀਰੋ ਔਰ ਸਾਹਮਣੇ ਟੱਕਰ ਹੋਈ ਆ ਰਾਣੇ ਸੇ ਬਿਨਾ ਪੁਆਇੰਟ ਉਮਰ ਗੁੱਲ ਗੁੱਜਰ ਦੇ ਖਾਤੇ ਜੁੜਿਆ ਛੱਡੀ ਆਇਆ ਪੁੱਤ ਜੱਟਾਂ ਦਾ ਖੇਡਣ ਅੱਜ ਕਬੱਡੀ ਅੱਗੇ ਗੁੱਜਰਾਂ ਦਾ ਸਾਧ ਪੁੱਤ ਲੱਗਾ ਹੈ ਕਾਸ਼ੀ ਗੁੱਜਰ ਭੋਲੇ ਗੁੱਜਰ ਦਾ ਹੀਰਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ 203 ਦੇ ਖਾਤੇ ਡੇਢ ਮੈਦਾਨ ਦੇ ਅੰਦਰ ਪਲਾਈਟ ਫਾਰ 203 ਦੀ ਧਰਤੀ ਦਾ ਬਾਬਰ ਸ਼ੇਰ ਵਧਿਆ ਹੈ ਖੇਡ ਮੈਦਾਨ ਦੇ ਅੰਦਰ ਉਹ ਲੱਗਾ ਹੈ ਸਮੇਂ ਸੈਫ ਸਮੇਂ ਢਾਣ ਵਾਲੀ ਗੱਲ ਕਰਦਾ ਹੈ ਖਿੱਚਾਂ ਵੱਜਦੀਆਂ ਹੋਈਆਂ ਅੱਜ ਚੌਰੀ ਬ੍ਰਹਾਨ ਦਾ ਦੇਖਦੇ ਸ਼ਿਮਲਾ ਉੱਚਾ ਕਰਦਾ ਪੁਆਇੰਟ ਰੇਡਰ ਦੇ ਖਾਤੇ ਦੇਖਦੇ ਜੁੜਦਾ ਜਾਂ ਸੈਫ ਦੇ ਖਾਤੇ ਜੁੜਦਾ ਪੁਆਇੰਟ ਇਸ ਸਮੇਂ ਮੇਰੇ ਵੀਰੋ ਰੇਡਰ ਦੇ ਖਾਤੇ ਜੁੜਿਆ 203 ਦੀ ਟੀਮ ਦੇ ਖਾਤੇ ਇਧਰੋਂ ਮੇਰੇ ਵੀਰੋ ਗਫਾਰ ਦੀ ਪਈ ਹੋਈ ਕਬੱਡੀ ਦੇ ਦੇਖਦੇ ਆ ਕਿਹੜਾ ਵੱਡ ਖਾਣਾ ਜਾਫੀ ਲੱਗੂ ਔਰ ਸਾਹਮਣੇ ਕਹਿੰਦੇ ਮੇਰੇ ਵੀਰੋ ਰੋਣੇ ਸੇਪੀਰੋ ਟੱਕਰ ਹੋ ਗਈ ਆ ਕਿੱਟਾ ਫੜਿਆ ਹੋਇਆ ਕਿ ਅੱਠੀ ਪੱਠੀ ਗੱਲ ਚੱਲ ਪੈਂਦੀ ਇਹਨਾਂ ਪਲੇਅਰਾਂ ਦੀ ਸੇਬੀ ਵਰਗੇ ਤੇ
ਹੈ ਸਫਿਆਨ ਵਰਗੇ ਬੱਬਰ ਸ਼ੇਰਾਂ ਦੀ ਇਹ ਪੁਆਇੰਟ ਹੈ ਸਮੇਂ ਮੇਰੇ ਵੀਰੋ ਰਾਣਾ ਸੇਖੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਫਿਰ ਵਧਿਆ ਹੈ ਰਾਣਾ ਸਰੀ ਕਨੀ ਦੇ ਉੱਤੇ ਮੇਰੇ ਵੀਰੋ ਵੇਟਾਂ ਦੀ ਕਬੱਡੀ ਦਾ ਕਹਿੰਦੇ ਵੱਧ ਖਾਣਾ ਜਾਪੀ ਹੈ ਸਮੇਂ ਲੱਗਾ ਹੈ ਸਾਮਾ ਜੱਟ ਸਦਕੇ ਆਏ ਹਾਏ ਇੱਕ ਬੰਨੇ ਰਾਣਾ ਸਨੀ ਇੱਕ ਬੰਨੇ ਸਾਮਾ ਤਾੜੀ ਮਾਰਦੇ ਰਾਣਾ ਸਨੀ ਵਾਸਤੇ ਤਾੜੀ ਤਾੜੀ ਲਵਾ ਮੇਰੇ ਵੀਰੋ ਮੇਰੇ ਗੱਲ ਗੁੱਜਰ ਦੀ ਫਿਰ ਪਈ ਗਈ ਹੈ ਕਬੱਡੀ ਮੇਰੇ ਵੀਰੋ ਜੈ ਸਰਕਾਰ ਗਰੁੱਪ ਵੱਲੋਂ ਹਰ ਰੇਟ ਤੇ ਇਨਾਮ ਦਿੱਤਾ ਜਾਣਾ ਇਸ ਬੱਬਰ ਸ਼ੇਰ ਨੂੰ ਔਰ ਲੱਗਾ ਮੇਰੇ ਵੀਰੋ ਕਾਸ਼ੀ ਗੁੱਜਰ ਇੱਕ ਬੰਨੇ ਉਮਰ ਗੁੱਲ ਗੁੱਜਰ ਪਰ ਕਹਿੰਦੇ ਮੁੰਡੇ ਦੀ ਡਾਰ ਮੰਨੀ ਜਾਂਦੀ ਹੈ ਪੁਆਇੰਟ ਆਪਣੀ ਟੀਮ ਮੰਨਾ ਵਿਰਕ ਮੇਰੇ ਵੀਰੋ ਫਿਰ ਵਧਿਆ ਹੈ ਖੇਡ ਮੈਦਾਨ ਦੇ ਅੰਦਰ ਕਿ ਜਿਸ ਧਰਤੀ ਤੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਜਿੱਥੇ ਉੱਗਦੀ ਆ ਸੋਨਾ ਵੀ ਜ਼ਮੀਨ ਜੱਡੀਏ ਮੈਂ ਪੁੱਤ ਪੰਜਾਬ ਦਾ ਮਾਂ ਖੇਲ ਕੌਡੀ ਦਾ ਸ਼ਕੀਨ ਜੱਡੀਏ ਮਾਂ ਖੇਲ ਕਬੱਡੀ ਦਾ ਤਗੜਾ ਮੈਚ ਹੁੰਦਾ ਹੈ ਖੇਡ ਮੈਦਾਨ ਦੇ ਅੰਦਰ ਰਾਣਾ ਸੇਖੀ ਮੇਰੇ ਵੀਰੋ ਵੱਧ ਕੇ ਟਰਾਈ ਕਰਦਾ ਹੈ ਮੇਰੇ ਵੀਰੋ 203 ਦੀ ਧਰਤੀ ਵੱਲੋਂ ਮੋਹਰੇ ਪੰਜ ਬਰਹਾਨ ਦੇ ਚਾਰ ਬੱਬਰ ਸ਼ੇਰਾ ਜ਼ਾਹਦ ਪਾਲਾ ਸੈਫ ਗੁੰਗਾ ਤੇ ਸਾਮਾ ਲਓ ਮੇਰੇ ਵੀਰੇ ਇਸ ਸਮੇਂ ਪਈ ਗਈ ਕਬੱਡੀ ਦੇ ਉੱਤੇ ਸਾਮਾ ਜੱਟ ਲੱਗਾ ਹੋਇਆ ਚੱਕਾ ਜਾਮ ਕਰਦਾ ਮੁੰਡਾ ਤਾੜੀ ਮਾਰ ਦਿਓ ਸਾਮੇ ਜੱਟ ਵਾਸਤੇ ਤਾੜੀ ਮੇਰੇ ਵੀਰੇ ਪਈ ਹੋਈ ਕਬੱਡੀ ਦੇ ਉੱਤੇ ਮੁੰਡਾ ਫਿਰ ਵਧਿਆ ਹੈ 477 ਦੀ ਧਰਤੀ ਵੱਲੋਂ ਮੋਹਰੇ ਚਾਰ ਸ਼ੇਰ ਹੈ ਭੋਲੇ ਗੁੱਜਰ ਦੇ ਚਾਰ ਹੀਰੇ ਇਸ ਸਮੇਂ ਉਹ ਲੱਗਾ ਮੇਰੇ ਵੀਰੋ ਰਾਣਾ ਸੇਬੀ ਪੱਜ ਗਈ ਹੈ ਕੈਂਚੀ ਇਹ ਪੁਆਇੰਟ ਦੇ ਦਿਆਂ ਮੇਰੇ ਵੀਰੋ ਕਿਹਦੇ ਖਾਤੇ ਜੋੜਦਾ ਹੰਦੇ ਦੂਰ ਹੋਣ ਵਾਲੀ ਗੱਲ ਧਰਤੀ ਮਾਂ ਚੋਂ ਉੱਪਰਦੀਆਂ ਹੋਈਆਂ ਧੂੜਾਂ ਤੇ ਚੰਗੀ ਮਿੱਟੀ ਦੇ ਵਿੱਚੋਂ ਆਉਂਦੀ ਇੱਕ ਸਬਾਹ ਚੰਗੀ ਚੰਗੀ ਧਰਤੀ ਦੇ ਉੱਤੇ ਹੁੰਦੀ ਹੈ ਫਸਲ ਚੰਗੀ ਉਹਨਾਂ ਦੀ ਇਹ ਨਸਲ ਚੰਗੀ ਇਹ ਪੁਆਇੰਟ ਇਸ ਸਮੇਂ ਮੇਰੇ ਵੀਰੋ ਰਾਣਾ ਸੇਬੀ ਆਪਣੀ ਟੀਮ ਦੇ ਖਾਤੇ ਜੋੜਦਾ ਹੈ ਪਈ ਗਈ ਕਬੱਡੀ ਦੇ ਉੱਤੇ ਰਾਣਾ ਸਨੀ ਇਸ ਸਮੇਂ ਟੱਕਰ ਹੋ ਗਈ ਹੈ ਸੈਫ ਦੇ ਨਾਲ ਪੁਆਇੰਟ ਇਸ ਸਮੇਂ ਰਾਣੇ ਸਨੀ ਦੇ ਖਾਤੇ ਜੁੜਿਆ ਗੁਲਾਮ ਗੌਰ ਚੜ੍ਹਦੀ ਬਾਈ ਜੀ ਵਿਸਲ ਪਈ ਹੋਈ ਕਬੱਡੀ ਦੇ ਉੱਤੇ ਮੁੰਡਾ ਫਿਰ ਵਧਿਆ ਹੈ ਖੇਡ ਮੈਦਾਨ ਦੇ ਅੰਦਰ ਸਫਿਆਨ ਜੱਟ ਪਿੰਡ ਹੈ 207 ਅਸਾਂ ਨੂਰ ਅਹਿਮਦ ਵਿਦੇਸ਼ ਦਾ ਹੈ ਛਿੰਦਾ ਮੋਹਰੇ ਹੈ ਕਾਸ਼ੀ ਗੁੱਜਰ ਰਾਣਾ ਸੇਬੀ ਔਰ ਸਦਕੇ ਆਏ ਹਾਏ ਪੁਆਇੰਟ ਇਸ ਸਮੇਂ ਰੇਡਰ ਦੇ ਖਾਤੇ ਜੁੜਿਆ ਸਫਿਆਨ ਜੱਟ ਦੇ ਖਾਤੇ ਫਿਰ ਖੇਡ ਮੈਦਾਨ ਦੇ ਅੰਦਰ ਮੋਹਰੇ ਹੈ ਜ਼ਾਹਦ ਪਾਲਾ ਸਾਮਾ ਜੱਟ ਨਾਲ ਹੈ ਗੁੰਗਾ ਦੇ ਸੈਫ ਇਸ ਸਮੇਂ ਦੇਖਦੇ ਆ ਔਰ ਲੱਗਾ ਹੈ ਗੁੰਗਾ ਇੱਕ ਬੰਨੇ ਮੰਨਾ ਵਿਰਕ ਦੇ ਇੱਕ ਬੰਨੇ ਗੁੰਗਾ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਦੇ ਅੰਦਰ ਪੁਆਇੰਟ ਇਸ ਸਮੇਂ ਮੇਰੇ ਵੀਰੋ ਗੁੰਗੇ ਦੇ ਖਾਤੇ ਜੁੜਦਾ ਹੈ ਜੱਟ ਸਰਕਾਰ ਕੈਚੋੜੀ ਛਾਤੀ ਵੇਲਣਾ ਵਰਗੇ ਪੱਟ ਕੇ ਲੋਹੇ ਦੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਤੀਆਂ ਨਾ ਜਾਣ ਜਦੋਂ ਗਜਾ ਵਿੱਚ ਨਾਪੀਆਂ ਲਾਲੀ ਪੈਂਦੀ ਪਿੰਡਿਆਂ ਤੇ ਗਿੱਠ ਗਿੱਠ ਚਾੜਦੀ ਆਲਿਆਂ ਜੋ ਲੱਭਦੀ ਨੀ ਦੁੱਧ ਵਾਲੀ ਕਾਣੀ ਤਾਂ ਕੌਡੀਆਂ ਖੇਲ ਹੁੰਦੀਆਂ ਪੁਆਇੰਟ ਰਾਣੇ ਸੇਬੀ ਦੇ ਖਾਤੇ ਜੁੜਿਆ 203 ਕਬੱਡੀ ਦੇ ਉੱਤੇ ਮੁੰਡਾ ਫੇਰ ਵਧਿਆ ਹੈ ਰਾਣਾ ਸਨੀ ਚਿੱਟਾ ਨਿਸ਼ੋਰ ਰੰਗ ਔਰ ਸਾਹਮਣੇ ਟੱਕਰ ਹੋਈ ਹੈ ਪੁਆਇੰਟ ਇਸ ਸਮੇਂ ਰਾਣੇ ਸਨੀ ਦਾ ਪਈ ਹੋਈ ਕਬੱਡੀ ਦੇ ਉੱਤੇ ਓਵਰ ਗੋਲ ਗੁੱਜਰ ਫਿਰ ਵਧਿਆ ਹੈ ਖੇਡ ਮੈਦਾਨ ਦੇ ਅੰਦਰ ਸ਼ੀਟ ਕਾ ਜ਼ਰੀਰ ਉੜਦੂ ਉੜਦੂ ਕਰਦੀ ਹੈ ਜਵਾਨੀ ਮੋਹਰੇ ਹੈ ਸਮੇਂ ਕਾਸ਼ੀ ਗੁੱਜਰ ਨਾ ਹੋਈ ਹੈ ਟੱਕਰ ਇੱਕ ਬੰਨੇ ਓਵਰ ਗੋਲ ਗੁੱਜਰ ਇੱਕ ਬੰਨੇ ਕਾਸ਼ੀ ਗੁੱਜਰ ਕਹਿੰਦੇ ਯਾਰੋ ਇਸ ਗੱਭਰੂ ਦੀ ਭਾਜ ਵੱਖਰੀ ਚੜ ਗਈ ਜਵਾਨੀ ਬੜੀ ਛੇਤੀ ਅੱਖਰੀ ਹਾਨੇ ਕਹਿੰਦੇ ਓਵਰ ਗੋਲ ਗੁੱਜਰ ਵਿੱਚ ਸ਼ੇਰ ਜਿੰਨੀ ਜਾਣੇ ਪੁਆਇੰਟ ਓਵਰ ਗੋਲ ਗੁੱਜਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਪਈ ਹੋਈ ਕਬੱਡੀ ਉੱਤੇ ਇਸ ਸਮੇਂ ਨਿੱਕੀ ਉਮਰ ਸਿਆਣੀਆਂ ਕਬੱਡੀਆਂ ਪਾਉਣ ਵਾਲਾ ਬੱਬਰ ਸ਼ੇਰ ਮੋਹਰੇ ਗੁੰਗਾ ਅਸਾਮਾ ਨਾਲ ਹੈ ਉਹ ਲੱਗਾ ਹੈ ਜ਼ਾਹਦ ਪਾਲਾ ਸਦਕੇ ਪੁਆਇੰਟ ਆਪਣੀ ਟੀਮ ਦੇਖਾ ਕਰਦਾ ਹੈ ਮੁੰਡਾ ਕਬੱਡੀ ਪਾਉਣ ਵਾਸਤੇ ਮੁੰਡਾ ਫਿਰ ਵਧਿਆ ਹੈ ਸਫਿਆਨ ਜੱਟ ਤੇ ਸ਼ਿਕਰੇ ਜੀ ਅੱਖੋਂ ਆਵੇ ਸ਼ੇਰ ਜੀ ਟੋਰਨੀ ਸਾਂਭਿਆ ਨਹੀਂ ਜਾਂਦਾ ਸਾਤੋਂ ਹਿੱਕ ਵਿੱਚ ਜ਼ੋਰ ਨਹੀਂ ਆ ਵੇਖ ਲਸ਼ਕਾਰਾ ਜ਼ਰਾ ਡੌਲਿਆਂ ਤੇ ਪੱਟਾਂ ਦਾ ਖੇਡਣ ਕਬੱਡੀ ਆਇਆ ਪੁੱਤ ਜੱਟਾਂ ਦਾ ਕਿ ਗੁੱਜਰਾਂ ਦਾ ਪੁੱਤ ਲੱਗਾ ਹੋਇਆ ਇਸ ਸਮੇਂ ਬੱਲੇ ਬੱਲੇ ਹੁੰਦੀ ਗਈ ਖੇਡ ਮੈਦਾਨ ਦੇ ਅੰਦਰ ਪੁਆਇੰਟ ਸਫਿਆਨ ਚੜ੍ਹਦਾ ਲਓ ਮੇਰੇ ਵੀਰੋ ਪਈ ਹੋਈ ਕਬੱਡੀ ਦੇ ਉੱਤੇ ਉਹ ਲੱਗੇ ਜੀ ਸਾਮਾ ਜੱਟ ਇਸ ਸਮੇਂ ਇੱਕ ਬੰਨੇ ਰਾਣਾ ਸਨੀ ਇੱਕ ਬੰਨੇ ਅਸਾਮਾ ਸਨੀ ਅਸਾਮਾ ਸਨੀ ਅਸਾਮਾ ਬੱਲੇ 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 ਸਦਕੇ
समय मेरे वीरो पॉइंट है समय सामने जड़ दे खाते जुड़दा है कई हुई है कबड्डी कफार दी खेल मैदान दे अंदर और लगा है मेरे वीरे समय पपर शेर जापी लगा है पर मारी शाल लाके जोर पट्टा नाल अख दी पॉइंट कहंदे मेरे वीरो है समय रेडर दे खाते जुड़या कबड्डी पाण वास्ते मुंडा फेर वधे है मोरे चार शेर आ भाजी ब्रहान दे ते जंबल बाजवा कबड्डी क्लब दे चार हीरे और लगा है साहद पाला जेनू फड़दा ला दिंदा नु ताला ऐ समय ताड़ी मार दे दान पाले वास्ते ताड़ी बल्ले 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 चौरी ब्रहान दा शिमला उच्चा करदा है मुंडा साहद पाला लखा दे पॉइंट अपनी टीम दे खाते जोड़दा है 470 दे खाते सप दे ठूआ डंग ना मारे हो नहीं सकदा अमर गुल गुजर जाके अपना नाम ला ਨਾ ਮੇਰੇ ਵੀਰੇ ਪਈ ਗਈ ਕਬੱਡੀ ਦੇ ਉੱਤੇ ਇਸ ਸਮੇਂ ਆਓ ਸਾਹਦ ਪਾਲਾ ਲੱਗਾ ਪਰ ਇਸ ਸਮੇਂ ਡਬਲ ਟੱਚ ਉਸ ਬੰਦੇ ਨੂੰ ਕਸਮ ਲੱਗਿਆ ਇਸ ਰੇਡਰ ਦੇ ਨਾਲ ਦੀ ਤਾੜੀ ਨਾ ਮਾਰੇ ਭਰਪੂਰ ਤਾੜੀ ਖੇਡ ਮੈਦਾਨ ਦੇ ਅੰਦਰ ਓਪਨ ਮੈਂਦੀ ਕਰਦਾ ਹੈ ਹੀਰਾ ਸਫਿਆਨ ਚੱਟ ਤੇ ਨਿਖਰੇ ਰੰਗ ਗੁਲਾਬਾਂ ਵਰਗੇ ਨਹੀਂ ਕੋਈ ਪੁੱਤ ਪੰਜਾਬਾਂ ਵਰਗੇ ਸੌਖੀ ਨਹੀਂ ਹੈ ਖੇਡ ਲਿਆਕਤ ਬਸ ਸ਼ੌਕ ਨੇ ਯਾਰ ਨਵਾਬਾਂ ਵਰਗੇ ਲੱਗੇ ਕਾਸ਼ੀ ਗੁੱਜਰ ਦੋਨੇ ਕਬੱਡੀ ਦੇ ਲਾੜੇ ਅਸਰ ਕੇ ਸਫਿਆਨ ਜੱਟ ਅੱਜ ਬਲਾਲ ਜੜ ਦਾ ਵੀ ਸ਼ਿਮਲਾ ਉੱਚਾ ਕਰਦਾ ਹੈ ਮਾਨੀ ਖੇ ਬਈ ਹੋਈ ਕਬੱਡੀ ਦੇ ਉੱਤੇ ਮੁੰਡਾ ਫੇਰ ਵਧਿਆ ਹੋਇਆ ਉਹ ਸਾਹਮਣੇ ਲੱਗਾ ਹੈ ਸਮੇਂ ਸੈਫ ਬੱਬਰ ਸ਼ੇਨਾ ਹੋਈ ਹੈ ਟੱਕਰ ਬਈ ਹੋਈ ਕਬੱਡੀ ਦੇ ਉੱਤੇ ਫੇਰ ਇਸ ਸਮੇਂ ਵਧਿਆ ਹੈ ਮੁੰਡਾ ਮੁਹੰਮਦ ਗਫਾਰ ਮੋਰੇ ਔਰ ਲੱਗਾ ਹੈ ਰਾਣਾ ਸੇਬੀ ਪੈ ਗਈ ਆ ਜੱਫੀ ਵੇਖ ਘੁੱਟ ਘੁੱਟ ਪਾਲਾ ਜੱਫੀਆਂ ਇਸ ਸਮੇਂ ਰਾਣੇ ਸੇਬੀ ਦਾ ਲੱਗਾ ਹੈ ਜੱਫਾ ਕਿ ਹੁਣ ਮੋਰੇ ਹੋ ਕੇ ਇੱਕ ਤਨ ਡੱਕ ਦਿੰਦੇ ਆ ਜਿਵੇਂ ਫੱਟੇ ਵਿੱਚ ਕਿੱਲ ਗੱਡੀ ਦਾ ਬਗਾਨੇ ਪੁੱਤ ਦੱਸ ਦਿੰਦੇ ਆ ਇਹ ਪੁਆਇੰਟ ਪਈ ਗਈ ਕਬੱਡੀ ਦੇ ਉੱਤੇ ਮੁੰਡਾ ਲਗਾਤਾਰ ਵਾਰੀ ਦੀਆਂ ਕਬੱਡੀਆਂ ਪਾਉਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਸਾਹਮਣੇ ਟੱਕਰ ਹੋਈ ਹੈ ਸੈਫ ਦੇ ਨਾਲ ਗੁੱਟ ਫੜ ਲਿਆ ਦੇਦੇ ਇਸ ਸਮੇਂ ਪੁਆਇੰਟ ਕਿਹਦੇ ਹਿੱਸੇ ਜੁੜਦਾ ਸੈਫ ਦੇ ਹਿੱਸੇ ਖਾਤੇ ਜੁੜਦਾ ਜਾਂ ਪੂਰੀ ਦੇ ਖਾਤੇ ਜੁੜਦਾ ਇਸ ਸਮੇਂ ਬੱਲੇ 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 ਪੁਆਇੰਟ ਮੇਰੇ ਵੀਰੋ ਪੂਰੀ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਅੱਜ ਪਈ ਗਈ ਕਬੱਡੀ ਦੇ ਉੱਤੇ ਮੁੰਡਾ ਫੇਰ ਵਧਿਆ ਹੈ ਅਮਰ ਗੁੱਲ ਗੁੱਜਰ ਖੇਡ ਮੈਦਾਨ ਦੇ ਅੰਦਰ ਸਾਨੂੰ ਸਭ ਨੂੰ ਰੱਬ ਦਿੱਤੀਆਂ ਪਰ ਮਟਕਾਣੀ ਜਾਣੇ ਕੋਈ ਕੋਈ ਕੌਡੀ ਕੌਡੀ ਹਰ ਕੋਈ ਕਰਦਾ ਉਮਰ ਦੇ ਪਾਣੀ ਜਾਣੇ ਕੋਈ ਕਿਉਂ ਲੱਗਾ ਮੋਰੇ ਕਾਸ਼ੀ ਗੁੱਜਰ ਲੱਗਾ ਇੱਕ ਬੰਨੇ ਤੇਜ਼ ਤਰਾਰ ਰੇਡਰ ਦੇਖਦੇ ਆ ਮੁੰਡਾ ਮੇਰੇ ਵੀਰੋ ਕਹਿੰਦੇ ਪੁਆਇੰਟ ਮੇਰੇ ਵੀਰੋ ਕਾਸ਼ੀ ਗੁੱਜਰ ਦੇ ਖਾਤੇ ਜੁੜਦਾ ਹੈ ਸਦਕੇ ਗੁੱਜਰਾ ਪੁਆਇੰਟ ਦਾ ਵਾਅਦਾ ਕਰ ਹੋਰ ਜੋੜਿਆ ਮੁੰਡੇ ਪਈ ਗਈ ਕਬੱਡੀ ਦੇ ਉੱਤੇ ਮੁੰਡਾ ਫਿਰ ਵਧਿਆ ਹੈ ਮੰਨਾ ਵਿਰਕ ਔਰ ਲੱਗਾ ਇਹ ਸਾਮਾ ਜੱਟ ਜਿਹਨੂੰ ਫੜਦਾ ਕੱਢ ਦਿੰਦਾ ਉਹਦੇ ਵੱਟ ਪੁਆਇੰਟ ਹੈ ਸਮੇਂ ਸਾਮਾ ਚੱਟ ਦਾ ਜਿਹਨੂੰ ਮੈਚ ਦਾ ਸਕੋਰ ਦੱਸੋ ਭਾਜੀ ਮੇਰੇ ਵੀਰੋ 15 ਪੁਆਇੰਟ ਕਹਿੰਦੇ 203 ਦੇ ਔਰ 23 ਪੁਆਇੰਟ ਜੰਬਲ ਬਾਜਵਾ ਕਬੱਡੀ ਕਲੱਬ ਤਾੜੀ ਮਾਰਦੇ ਤਾੜੀ ਸੱਤਾ ਅੱਠਾਂ ਪੁਆਇੰਟਾਂ ਨੇ ਮੇਰੇ ਵੀਰੋ ਲੀਡ ਬਣਾਈ ਹੋਈ ਆ ਭਾਈ ਬਰਹਾਨ ਦੀ ਟੀਮ ਨੇ ਵੈਲਡਨ ਦੀ ਜ਼ਿੰਦਾਬਾਦ ਚੌਰੀ ਬਰਹਾਨ ਕਬੱਡੀ ਇਸ ਸਮੇਂ ਮੈਚ ਦੀ ਖੇਡ ਮੈਦਾਨ ਦੇ ਅੰਦਰ ਪੈ ਗਈ ਆ ਸਫਿਆਨ ਜੱਟ ਪਿੰਡ ਹੈ ਮੇਰੇ ਵੀਰੋ 207 ਮੁੰਡੇ ਦਾ ਇਹ ਉਸ ਧਰਤੀ ਦਾ ਬੱਬਰ ਸ਼ੇਰ ਹੈ ਜਿੱਥੇ ਮੇਰੇ ਵੀਰੋ ਖਾਲਦ ਤਪਲੇ ਵਰਗੇ ਸਟਾਰ ਪੈਦਾ ਹੋਏ ਯਾਸਰ ਵਰਗੇ ਛੀਲੇ ਵਰਗੇ ਫਰੂਕੇ ਵਰਗੇ ਹੀਰੇ ਤਸੱਦਕ ਸਾਈਂ ਵਰਗੇ ਬੋਲੇ ਵਰਗੇ ਬੱਬਰ ਸ਼ੇਰ ਹਾਫਜ ਵਰਗੇ ਭਾਲੂ ਵਰਗੇ ਸਟਾਰ ਮੇਰੇ ਵੀਰੋ ਪੈਦਾ ਹੋਏ ਸੇਬੀ ਤੇ ਸਫਿਆਨ ਆਏ ਹੋਏ ਸਦਕੇ ਸਫਿਆਨ ਜੱਟ ਤਾੜੀ ਮਾਰਦੇ ਨੇ ਸਫਿਆਨ ਜੱਟ ਵਾਸਤੇ ਮੁੰਡਾ ਫੇਰ ਵਧਿਆ ਹੈ ਰਾਣਾ ਸਦੀ ਖੇਡ ਮੈਦਾਨ ਦੇ ਅੰਦਰ ਇੱਕ ਬਾਹਾਂ ਦਾ ਪੱਲ ਹੈ ਬੋਲਦਾ ਇਹ ਛੰਗ ਨੇ ਯਾਰ ਤਲਵਾਰਾਂ ਦੀ ਕਬੱਡੀ ਖੇਡਣਾ ਸ਼ੌਕ ਹੈ ਮਿੱਤਰਾਂ ਦਾ ਕੋਈ ਗੱਲ ਨਹੀਂ ਉਹ ਜਿੱਤਾ ਹਰਦੇ ਉਹ ਲੱਗਾ ਸਾਹਦ ਪਾਲਾ ਇਸ ਸਮੇਂ ਸਾਹਦ ਪਾਲਾ ਲਗਾਇਆ ਆਪਣੇ ਉਸਤਾਦ ਦਾ ਬਰਹਾਨ ਲੱਖਣ ਦਾ ਸ਼ਿਮਲਾ ਉੱਚਾ ਕਰਦਾ ਹੋਇਆ
ਬੱਲੇ ਬੱਲੇ ਕਰਾਂਦਾ ਹੈ ਖੇਡ ਮੈਦਾਨ ਦੇ ਅੰਦਰ ਕੇ ਦੱਸਣਾ ਜਾਨ ਬਚਾ ਕੇ ਬੜਾ ਔਖਾ ਨਾਲ ਡਾਢਿਆਂ ਦੇ ਨਾਲ ਡਾਢਿਆਂ ਦੇ ਜਦ ਮੇਲ ਪੈ ਜਾਏ ਕਿਵੇਂ ਨਾ ਬੜੇ ਕੀ ਮਜ਼ਾਰ ਉਸਦੀ ਜਿਸ ਲੱਕੜ ਤੇ ਮਿੱਟੀ ਦਾ ਤੇਲ ਪੈ ਜਾਏ ਉਸ ਰੁੱਖ ਨੂੰ ਕਦੇ ਨਾ ਹੋਸ਼ ਆਵੇ ਜਾਣ ਸਭ ਮਸਤੀਆਂ ਸਰਵਰ ਨਾ ਕੂੜ ਦੇ ਜਦ ਨਕੇਲ ਆ ਜਾਵੇ ਜਹਦ ਪਾਲੇ ਦਰਾਂ ਕੇ ਆਪਣਾ ਨਾਮ ਲੈ ਜਾ ਜਾਣ ਸਰਕਾਰ ਗਰੁੱਪ ਚੱਕ ਬੂਰੀ ਦੀ ਸਿਆਣ ਵੀ ਮੇਰੇ ਵੀਰੋ ਮਾਂ ਖੇਲ ਕਬੱਡੀ ਦੀ ਵੱਡੀ ਤਕਨੀਕ ਆ ਕਹਿੰਦੀ ਨਿੱਕੀ ਉਮਰ ਆ ਪਰ ਵੱਡਾ ਤਜਰਬਾ ਪਰ ਇਸ ਸਮੇਂ ਜ਼ਾਹਦ ਪਾਲੇ ਦਾ ਲੱਗਾ ਹੈ ਜੱਫਾ ਮੇਰੇ ਵੀਰੋ ਖਿੱਚਾਂ ਵੱਜਦੀਆਂ ਹੋਈਆਂ ਹੰਦੇ ਦੂਰ ਹੋਣ ਵਾਲੀ ਗੱਲ ਆ ਸਾਹਮਣੇ ਸਦਕੇ ਸੈਫ ਨਾ ਹੋਈ ਹੈ ਟੱਕਰ ਪਰ ਪੁਆਇੰਟ ਇਧਰੋਂ ਮੇਰੇ ਵੀਰੋ ਪੈ ਗਈ ਆ ਕਬੱਡੀ ਦੇਖਦੇ ਆ ਕਿਹੜਾ ਮੇਰੇ ਵੀਰੋ ਬੱਬਰ ਸ਼ੇਰ ਜਾਫੀ ਵੱਧ ਕੇ ਲੱਗੂ ਸਫਿਆਨ ਲੱਖਣ ਦੇ ਸਾਹਮਣੇ ਹੈ ਇਸ ਸਮੇਂ ਰਾਣਾ ਸੇਬੀ ਬੂਰੀ ਦੀ ਪੀਖ ਹੋਈ ਆ ਕਬੱਡੀ ਫਿਰ ਖੇਡ ਮੈਦਾਨ ਦੇ ਅੰਦਰ ਹੇਕ ਤਾਣ ਕੇ ਬੂਰੀਆਂ ਬੂਰੀਆਂ ਖਾਣਾ ਮੁੰਡਾ ਘੂਰੀਆਂ ਪਾਉਂਦਾ ਹੋਇਆ ਮੋਹਰੇ ਹੈ ਗੁੰਗਾ ਨਾਲ ਹੈ ਸਾਮਾ ਜੱਟ ਜ਼ਾਹਦ ਪਾਲਾ ਉਹ ਲੱਗਾ ਹੈ ਗੁੰਗਾ ਇੱਕ ਬੰਨੇ ਜਵਾਨੀ ਇੱਕ ਬੰਨੇ ਤਜਰਬਾ ਬੱਲੇ ਬੱਲੇ ਹੁੰਦੀ ਗਈ ਇਸ ਪੁਆਇੰਟ ਵਾਸਤੇ ਆਪਾਂ ਤਾੜੀ ਜ਼ਰੂਰ ਮਾਰ ਗਏ ਚਾਹੇ ਪੂਰੀ ਦਾ ਹੋਵੇ ਤੇ ਚਾਹੇ ਗੁੰਗੇ ਦਾ ਹੋਵੇ ਤਾੜੀ ਮਾਰ ਦਿਓ ਪੂਰੀ ਵਾਸਤੇ ਪੁਆਇੰਟ ਪੂਰੀ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਅੰਦਰ ਅੱਜ ਸਦਕੇ ਮਾਰੀ ਛਾਲ ਸਾਹਮਣੇ ਟੱਕਰ ਹੋਈ ਆ ਰਾਣੇ ਸੇਬੀ ਦੇ ਨਾਲ ਖੁੱਚ ਫੜ ਲਈ ਆ ਕਿ ਬੜੀ ਔਖੀ ਆ ਕਬੱਡੀ ਵਿੱਚ ਖੁੱਚ ਪੱਟਣੀ ਤੇ ਲਾਣੀ ਢਾਕ ਮਿੱਤਰੋ ਤਾਂ ਲੱਗਦੇ ਨੇ ਮਿਹਨਤ ਨਾਲ ਖਾ ਕੇ ਖੁਰਾਕ ਮਿੱਤਰੋ ਪੂਰੀਆਂ ਮਿਹਨਤਾਂ ਕੀਤੀਆਂ ਹੋਈਆਂ ਮੁੰਡੇ ਨੇ ਪੁਆਇੰਟ ਇਧਰੋਂ 203 ਵੱਲੋਂ ਪਈ ਹੋਈ ਆ ਰੇਡ ਮੋਰੇ ਸੈਫ ਪਾਲਾ ਤੇ ਗੁੰਗਾ ਇਸ ਸਮੇਂ ਟੱਕਰ ਹੋਈ ਆ ਸੈਫ ਦੇ ਨਾਲ ਬਾਵਾਂ 'ਚ ਬਾਵਾਂ ਪਾਈਆਂ ਹੋਈਆਂ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਦੇ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਪਈ ਹੋਈ ਕਬੱਡੀ ਦੇ ਅੰਦਰ ਉਮਰ ਗੁੱਲ ਗੁੱਜਰ ਖੇਡ ਮੈਦਾਨ ਦੇ ਅੰਦਰ ਕਲਹਿਰੀ ਮੋਰ ਬਣਿਆ ਹੈ ਮੁੰਡਾ ਮੋਹਰੇ ਚਾਰ ਜਾਫੀਆਂ ਦੀ ਚੈਨ ਘੁੰਮਦੀ ਹੈ ਟੱਕਰ ਹੋ ਗਈ ਹੈ ਕਹਿੰਦੇ ਫਿਰ ਰਾਣੇ ਸੇਬੀ ਨਾ ਪਰ ਪੁਆਇੰਟ ਕਹਿੰਦੇ ਉਮਰ ਗੁੱਲ ਗੁੱਜਰ ਦੇ ਖਾਤੇ ਜੁੜਿਆ ਬਾਈ ਜੀ ਇੱਕੋ ਰੰਗ ਦਾ ਧਿਆਨ ਜੀ ਕੱਚਾ ਗੁੱਸਾ ਨਾ ਕਰੋ ਉੱਥੇ ਨਿਕਲ ਕੇ ਲੱਗਾ ਜਿੱਥੋਂ ਸੇਬੀ ਲੱਗਾ ਬਾਈ ਇੱਕ ਵਾਰੀ ਜਦੋਂ ਮੁੰਡਾ ਫਿਰ ਭੰਨਾ ਦੇ ਰਕਬਾਨ ਦਾ ਵਾਅਦਾ ਕਰਦਾ ਹੈ ਜਾਨ ਗੁੱਜਰ ਗਰਾਉਂਡ ਸਫਿਆਨ ਲੱਖਣ ਜਿੰਨੀਆਂ ਕੋਡੀਆਂ ਕਲੀਅਰ ਕਰੇ ਉਹਨੇ ਵੈਸ ਜੱਟ ਵੱਲੋਂ ਨਾਮ ਇਧਰੋਂ ਟੱਕਰ ਹੋ ਗਈ ਆ ਮੁੰਡੇ ਨਾਲ ਇਸ ਸਮੇਂ ਦੇਖਦੇ ਆ ਸਮਾਂ ਕਿਹਦੇ ਹੱਕ ਵਿੱਚ ਫੈਸਲਾ ਕਰੂ ਇਹ ਪੁਆਇੰਟ ਕਿਹਦੇ ਖਾਤੇ ਜੁੜੂ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਦੇ ਅੰਦਰ ਪੁੱਠੀ ਪਈ ਹੋਈ ਆ ਇਸ ਸਮੇਂ ਬੱਲੇ 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 ਹੁੰਦੀ ਹੋਈ ਖੇਡ ਮੈਦਾਨ ਦੇ ਅੰਦਰ ਲੱਗਦੇ ਹੋਏ ਜ਼ੋਰ ਜਵਾਨਾਂ ਦੇ ਕਿੱਟਾ ਫੜਿਆ ਹੈ ਪੁਆਇੰਟ ਇਸ ਸਮੇਂ ਚਾਪੀ ਦੇ ਖਾਤੇ ਜੁੜਿਆ 203 ਦੀ ਟੀਮ ਦੇ ਖਾਤੇ ਢਾਣ ਵਾਲੀ ਗੱਲ ਕਰਦਾ ਹੈ ਕੁੱਟ ਕੀਤਾ ਹੈ ਕਾਬੂ ਜ਼ੋਰ ਲੱਗਦੇ ਹੈ ਮੁੰਡਿਆਂ ਦੇ ਹੁਣ ਪਤਾ ਲੱਗਣਾ ਕਿਹਦੀ ਮਾਂ ਨੇ ਦੁੱਧ ਦੋਝੀਆਂ ਨੂੰ ਪਾਇਆ ਤੇ ਕਿਹਦੀ ਮਾਂ ਨੇ ਪੁੱਤ ਨੂੰ ਪਾਇਆ ਤਾੜੀ ਮਾਰ ਦਿਓ ਸਾਮਾ ਜੱਟ ਵਾਸਤੇ ਬੱਲੇ ਬੱਲੇ ਕਰਾਉਂਦਾ ਹੈ ਮੁੰਡਾ ਖੇਡ ਮੈਦਾਨ ਦੇ ਅੰਦਰ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੁੜਦਾ ਹੈ ਜੱਟ ਖੇਡ ਮੈਦਾਨ ਦੇ ਅੰਦਰ ਮੋਹਰੇ ਹੈ ਰਾਣਾ ਸੇਬੀ ਕਾਸ਼ੀ ਇਸ ਸਮੇਂ ਦੇਖਦੇ ਆ ਕਿਹੜਾ ਵੱਧ ਕੇ ਲੱਗੂ ਕਿਹਦੇ ਨਾਲ ਹੋ ਗਈ ਟੱਕਰ ਉਹ ਸਾਹਮਣੇ ਟੱਕਰ ਹੋ ਗਈ ਆ ਕਾਸ਼ੀ ਗੁੱਜਰ ਦੇ ਨਾਲ ਇੱਕ ਬੰਨੇ ਸਫਿਆਨ ਜੱਟ ਇੱਕ ਬੰਨੇ ਕਾਸ਼ੀ ਗੁੱਜਰ ਬੱਲੇ ਬੱਲੇ ਕਰਾਉਂਦਾ ਹੈ ਸਫਿਆਨ ਜੱਟ ਅੱਜ ਬਲਾਲ ਜੱਟ ਵੀ ਇੱਕ ਵਾਰੀ ਉੱਤੇ ਮੁੰਡਾ ਫਿਰ ਵਧਿਆ ਹੈ ਖੇਡ ਮੈਦਾਨ ਦੇ 203 ਦੀ ਧਰਤੀ ਵੱਲੋਂ ਮੋਹਰੇ ਸੈਫ ਪਾਲਾ ਗੁੰਗਾ ਬਿਨਾਲ ਹੈ ਔਰ ਸਾਹਮਣੇ ਟੱਕਰ ਹੋਈ ਆ ਸੈਫ ਦੇ ਨਾਲ ਰੱਖ ਲਿਆ ਕੋਲ ਦੇਖਦੇ ਆ ਪੁਆਇੰਟ ਕਿਹਦੇ ਖਾਤੇ ਜੁੜਦਾ ਪੁਆਇੰਟ ਇਸ ਸਮੇਂ ਕਹਿੰਦੇ ਸੈਫ ਦੇ ਖਾਤੇ ਜੁੜਦਾ ਹੋਇਆ
ਜ਼ਬਰ ਪਿਆਰ ਵਧਿਆ ਹੈ। ਖੇਡ ਮੈਦਾਨ ਵਿੱਚ ਮੁਹੰਮਦ ਗਫਾਰ ਮੋਹਰੇ ਹੈ ਇਸ ਸਮੇਂ ਚਾਰ ਚਾਪੀ। ਦੇਖਦੇ ਹਾਂ ਕਿਹੜਾ ਬਿਜਲੀ ਬੋਰਡ ਦੇ ਗਰਾਊਂਡ ਵਿੱਚ ਜੰਮਣ ਦਾ ਪੁਆਇੰਟ ਹੈ ਇਸ ਸਮੇਂ ਗਫਾਰ ਦੇ ਹਿੱਸੇ ਜੁੜਿਆ। ਟੀਮ ਕਿੱਟ ਕਰਕੇ ਗਰਾਊਂਡੇ ਪਹੁੰਚੇ ਗੁਲਾਮ ਗੌਰ ਜਰ ਜੀ ਟੀਮ ਗਰਾਊਂਡੇ ਲਿਆਓ। ਕਬੱਡੀ ਦੇ ਉੱਤੇ ਮੁੰਡਾ ਫੇਰ ਵਧਿਆ ਹੈ ਪੂਰੀ ਖੇਡ ਮੈਦਾਨ ਦੇ ਅੰਦਰ। ਉਹ ਸਾਹਮਣੇ ਟੱਕਰ ਹੋਈ ਹੈ ਸੈਫ ਦੇ ਨਾਲ, ਇੱਕ ਬੰਨੇ ਪੂਰੀ ਤੇ ਇੱਕ ਬੰਨੇ ਸੈਫ। ਪੁਆਇੰਟ ਕਹਿੰਦੇ ਪੂਰੀ ਦੇ ਖਾਤੇ ਜੁੜਦਾ ਹੋਇਆ ਖੇਡ ਮੈਦਾਨ ਦੇ ਅੰਦਰ। ਉਹ ਲੱਗਾ ਹੈ ਇਸਨੇ ਕਾਸ਼ੀ ਗੁੱਜਰ ਪਰ ਪੁਆਇੰਟ ਉਮਰ ਗੁੱਜਰ ਦੇ ਖਾਤੇ ਜੁੜ ਕਰਦਾ ਹੈ ਮੁੰਡਾ ਕਬੱਡੀ ਪਾਉਣ ਵਾਸਤੇ। ਮੁੰਡਾ ਫਿਰ ਵਧਿਆ ਹੈ 203 ਦੀ ਧਰਤੀ ਵੱਲੋਂ ਦੇਖਦੇ ਹਾਂ ਗੁੰਗਾ ਲੱਗੂ ਸੈਫ ਲੱਗੂ ਜਾਂ ਪਾਲਾ ਲੱਗੂ। ਸਾਹਮਣੇ ਲੱਗਾ ਹੈ ਅਸਾਮਾ ਜੱਟ ਸਦਕੇ ਅਸਾਮਾ ਜੱਟ ਨਾਲ ਹੋਈ ਹੈ ਟੱਕਰ। ਡਰਾਮਾ ਡੱਕੀਆਂ ਹੋਈਆਂ ਖੀਲੇ ਡਰਦਾ ਹੈ ਬੱਬਰ ਸ਼ੇਰ ਸ਼ੇਰ ਤਾਰੀ ਮਾਰਦੇ ਅਸਾਮਾ ਜੱਟ ਵਾਸਤੇ। ਕਬੱਡੀ ਦਾ ਸਟਾਰ ਬੱਬਰ ਸ਼ੇਰ ਬਲਾਲ ਜੱਟ ਵੀ ਸਾਡੇ ਖੇਡ ਮੈਦਾਨ ਦੀ ਜ਼ੀਨਤ ਬਣਿਆ ਹੈ। ਇਹ ਜੋੜੀ ਮੇਰੇ ਵੀਰੋ ਮਾਂ ਖੇਡ ਕਬੱਡੀ ਦੇ ਮੈਦਾਨਾਂ ਵਿੱਚ ਮੰਨੀ ਜਾਂਦੀ ਹੈ। ਸਾਮਾ ਜੱਟ ਤੇ ਬਲਾਲ ਜੱਟ ਦੋਨੇ ਵੀਰੇ ਵੀ ਆ, ਇੱਕੋ ਹੀ ਉਸਤਾਦ ਤੇ ਸ਼ਾਗਿਰਦ ਵੀ ਆ। ਪਹਿਲੀ ਕਬੱਡੀ ਦੇ ਉੱਤੇ ਇਸ ਸਮੇਂ ਦੂਰੀ ਦਾ ਵੀਰ ਲੱਗਾ ਹੈ ਪੁਆਇੰਟ ਇਸ ਸਮੇਂ ਰੇਡਰ ਪੂਰੀ ਖੇਡ ਮੈਦਾਨ ਦੇ ਜਿਹਨੂੰ ਪੂਰੀ ਦੀਆਂ ਰੇਡਾਂ ਪਸੰਦ ਆ ਤਾੜੀ ਮਾਰਦੇ ਤਾੜੀ ਤੇ ਪੰਨੀਆਂ ਦੇ ਪੱਗਾਂ ਤੇ ਕੀਤੀ ਸਰਦਾਰੀ। ਕੌਡੀ ਦੇ ਮੈਦਾਨ ਅੰਦਰ ਵੇਖ ਚੀਦਾਰੀ ਬੜੇ ਸ਼ੌਕ ਨਾਲ ਬਣਦੇ ਨੇ ਕੌਡੀ ਦੇ ਖਿਡਾਰੀ। ਮਾਂ ਖੇਲ ਕੌਡੀ ਸਾਨੂੰ ਜਾਨ ਤੋਂ ਵੀ ਪਿਆਰੀ ਪੂਰੀ ਸਦਕੇ ਨਾ ਸੋਹਣੇ ਨੇ ਡਾਊਨ ਟੈਚ ਵੀ ਤਾੜੀ ਹੋਣੀ ਚਾਹੀਦੀ ਹੈ ਪੂਰੀ। ਇਸ ਸਮੇਂ ਸਾਹਮਣੇ ਬੱਬਰ ਸ਼ੇਰ ਜਾਪੀ ਲੱਗਾ ਹੈ ਗੁੱਟ ਫੜਿਆ ਹੋਇਆ ਢਿੱਲ ਹੋਏ ਪਏ ਆ ਮੁੰਡਿਆਂ ਦੇ ਖੇਡ ਮੈਦਾਨ ਦੇ ਅੰਦਰ ਹੰਦੇ ਦੂਰ ਹੋਣ ਵਾਲੀ ਗੱਲ ਬੱਲੇ 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 ਇਹ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਖਾਤੇ 203 ਦੇ। ਇਧਰੋਂ ਕਬੱਡੀ ਪੈ ਗਈ ਹੈ ਕਹਿੰਦੇ ਮੇਰੇ ਵੀਰੋ ਫਿਰ 203 ਵੱਲੋਂ ਦੇਖਦੇ ਕਿਹੜਾ ਵੱਧ ਕੇ ਲੱਗੂ। ਉਹ ਲੱਗਾ ਮੇਰੇ ਵੀਰੋ ਕਹਿੰਦੇ ਸੈਫ ਨਾ ਹੋਈ ਹੈ ਟੱਕਰ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਹੋਈ ਪਈ ਆ ਖੇਡ ਮੈਦਾਨ ਦੇ ਅੰਦਰ ਇਸ ਸਮੇਂ। ਪੁਆਇੰਟ ਕਹਿੰਦੇ ਸੈਫ ਦੇ ਖਾਤੇ ਜੁੜਿਆ। ਇਧਰੋਂ ਪਈ ਗਈ ਕਬੱਡੀ ਦੇ ਉੱਤੇ ਫਿਰ ਟੱਕਰ ਹੋ ਗਈ ਹੈ ਮੇਰੇ ਵੀਰੋ ਇਸ ਸਮੇਂ ਗੁੱਟ ਫੜ ਲਿਆ ਕਹਿੰਦੇ ਮੁੰਡੇ ਨੇ ਦੇਖਦੇ ਆ ਹੰਦੇ ਦੂਰ ਹੋਣ ਵਾਲੀ ਗੱਲ ਆ। ਇਹ ਸਮਾਂ ਫੈਸਲਾ ਕਰੇਗਾ ਕਿ ਪੁਆਇੰਟ ਕਿਹਦੇ ਖਾਤੇ ਜੁੜੇਗਾ। ਬੱਲੇ 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 ਯੋਰ ਕਹਿੰਦੇ ਆਪਣੀ ਕਹਾਣੀ ਆਪ ਰਚਦਾ ਇਹ ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਜੁੜਿਆ। ਮੋਰੇ ਜ਼ਾਦ ਪਾਲੇ ਵਰਗੇ ਹੀਰੇ ਦੇ ਸੈਫ ਵਰਗੇ ਬੱਬਰ ਸ਼ੇਰਾਂ ਦੀ ਚੈਨ ਆ ਇਸ ਸਮੇਂ ਦੇਖਦੇ ਆ ਬੱਲੇ ਬੱਲੇ ਕਿਹੜਾ ਕਰਾਊ। ਉਹ ਕਹਿੰਦੇ ਪਾਲੇ ਨਾਲ ਰੱਖਣ ਹੋਈ ਆ ਪਰ ਬੂਰੀ ਮੇਰੇ ਵੀਰੋ ਇਸ ਸਮੇਂ ਮਿਰਜੇ ਦੀ ਬੱਗੀ ਬਣਿਆ ਹੋਇਆ ਅੱਜ ਭੋਲੇ ਗੁੱਜਰਦਾ ਕਹਿੰਦੇ ਮੁੰਡੇ ਨੇ ਸ਼ਿਮਲਾ ਤੇ ਸਦਕੇ ਪੂਰੀ ਤਾਰੀ ਮਾਰਦੇ ਪੂਰੀ ਵਾਸਤੇ ਤਾਰੀ ਬੱਲੇ ਬੱਲੇ ਕਰ 26203 ਤੇ 36469 36.469। कबड्डी जैसे तमाम पंजाबी खेलों को पूरी दुनिया में प्रमोट करने के लिए हमारा साथ दें और YouTube पर मौजूद हमारे चैनल पंजाबी शौक को सब्सक्राइब करें। हर मैच की बरवक्त इत्तला के लिए साथ लगे घंटी के बटन को लाजमी दबाएं। ताज़ा तरीन अपडेट्स के लिए हमारे फेसबुक पेज ट्विटर इंस्टाग्राम और वेबसाइट को फॉलो करें। मज़ीद तफसीलात के लिए हमारे दिए गए नंबर पर रابطہ करें। इसके अलावा हमारी वीडियोस को फेसबुक और व्हाट्सएप ग्रुप में शेयर करें। अभी YouTube पर लिखें पंजाबी शौक और सब्सक्राइब करें और जुड़े रहें आपके अपने पंजाबी शौक चैनल के साथ। अल्लाह हाफिज़।